ਇਹ ਸਾਡਾ ਪਹਿਲਾ ਹੀ ਉਪਰਾਲਾ ਸੀਗਾ, ਅਸੀਂ ਪਹਿਲਾਂ ਨਹੀਂ ਗਏ ਅਤੇ ਮੈਂ ਅਵੇਅਰ ਨਹੀਂ ਸੀ ਕਿ ਐਡਾ ਵੱਡੀ ਡਾਂਸ ਚੈਂਪੀਅਨਸ਼ਿਪ ਹੋਏਗੀ ਉੱਥੇ। 620 ਸਟੂਡੈਂਟਸ ਨੇ ਉੱਥੇ ਕੰਪੀਟ ਕੀਤਾ, ਡਿਫਰੈਂਟ ਵੱਖ ਵੱਖ ਰਾਜਾਂ ਤੋਂ, ਡਿਫਰੈਂਟ ਸਟੇਟਸ ਤੋਂ ਸਟੂਡੈਂਟਸ ਆਏ ਹੋਏ ਸੀ, ਟੂ ਨੇਮ ਜੰਮੂ ਕਸ਼ਮੀਰ, ਤੇਲੰਗਾਨਾ, ਗੁਜਰਾਤ, ਮਹਾਰਾਸ਼ਟਰਾ, ਉੜੀਸਾ ਐਂਡ ਕੈਲਕਟਾ ਐਂਡ ਮੈਨੀ ਮੋਰ ਸਟੇਟਸ, ਰਾਜਸਥਾਨ, ਯੂਪੀ ਐਂਡ ਤੇ ਡਿਫਰੈਂਟ ਸਟੇਟਸ ਤੋਂ ਬੱਚੇ ਆਏ ਸੀ, ਉਹਨਾਂ ਨੇ ਰਿਪ੍ਰੈਜੈਂਟੇਸ਼ਨ ਦਿੱਤੀ। ਅਤੇ ਉੱਥੇ ਡਿਫਰੈਂਟ ਸਾਨੂੰ ਦੇਖਣ ਦਾ ਮੌਕਾ ਮਿਲਿਆ, ਟੈਲੈਂਟ ਥਰੂ ਆਊਟ ਇੰਡੀਆ। ਤਾਂ ਪਹਿਲਾਂ ਤਾਂ ਅਸੀਂ ਕਾਫੀ ਡਰੇ ਹੋਏ ਸੀ, ਬਟ ਦੈਨ ਆਰ ਸਟੂਡੈਂਟਸ ਪਰਫੋਰਮਡ ਵੈਰੀ ਵੈਰੀ ਵੈਲ, ਅਤੇ ਬਹੁਤ ਅੱਛਾ ਪਰਫੋਰਮ ਕੀਤਾ ਅਤੇ ਬੜੀ ਇਹਨਾਂ ਦੀ ਸਰਾਹਨਾ ਹੋਈ। ਉਹਦਾ ਨਤੀਜਾ ਇਹ ਹੈ ਕਿ ਇਹਨਾਂ ਦੇ ਸਾਡੇ 13 ਬੱਚਿਆਂ ਨੇ, 7 ਬੱਚਿਆਂ ਨੇ 13 ਕੈਟੇਗਰੀਜ਼ 'ਚ ਕੰਪੀਟ ਕੀਤਾ ਸੀ ਅਤੇ 13 ਕੈਟੇਗਰੀਜ਼ ਦੇ ਵਿੱਚ ਹੀ ਸਾਨੂੰ ਪ੍ਰਾਈਜ਼ ਮਿਲਿਆ ਹੈ। 7 ਫਸਟ ਪ੍ਰਾਈਜ਼ ਆਏ ਨੇ, 4 ਸੈਕਿੰਡ ਪ੍ਰਾਈਜ਼ ਆਏ ਨੇ ਅਤੇ 2 ਥਰਡ ਪ੍ਰਾਈਜ਼ ਆਏ। ਸਾਡੀ ਏਜ ਕੈਟੇਗਰੀ 2 ਕੈਟੇਗਰੀਜ਼ 'ਚ ਅਸੀਂ ਕੰਪੀਟ ਕੀਤਾ, 1 ਵਾਸ ਮਾਈਨਰ, 1 ਵਾਸ ਸੀਨ ਜੂਨੀਅਰ। ਮਾਈਨਰ ਵਾਸ ਬਿਲੋ 10 ਐਂਡ ਜੂਨੀਅਰ ਵਾਸ 10 to 15। ਅਤੇ ਕੈਟੇਗਰੀਜ਼ ਜਿਹੜੀਆਂ ਅਸੀਂ ਕੰਪੀਟ ਕੀਤੀਆਂ ਸੀ, ਇੰਡੀਅਨ ਕਲਾਸੀਕਲ, ਅਸੀਂ ਕੱਥਕ ਨੂੰ ਰਿਪ੍ਰਜੈਂਟ ਕੀਤਾ। ਉੱਥੇ ਹੋਰ ਵੀ ਕੈਟੇਗਰੀਜ਼ ਸੀਗੀਆਂ, ਜਿਵੇਂ ਡਿਫਰੈਂਟ ਇੰਡੀਅਨ ਕਲਾਸੀਕਲ ਡਾਂਸ ਫੋਰਮ, ਜਿਵੇਂ ਕਿ ਭਰਤਨਾਟਿਅਮ, ਡੁਸੀ, ਕੁਚੀਪੁੜੀ, ਇਹ ਡਾਂਸ ਫੋਰਮਸ ਦੇ ਕੰਪੀਟੀਸ਼ਨਸ ਵੀ ਸੀਗੇ। ਅਸੀਂ ਕੱਥਕ ਨੂੰ ਰਿਪ੍ਰਜੈਂਟ ਕੀਤਾ, ਜਿਹਦੇ ਵਿੱਚ ਸਾਡੇ ਸਾਰੀਆਂ ਹੀ ਕੈਟੇਗਰੀਜ਼ 'ਚ ਫਸਟ, ਕੱਥਕ ਦੇ ਵਿੱਚ ਅਸੀਂ ਸਾਰੀਆਂ ਫਸਟ ਹੀ ਲੈ ਕੇ ਆਏ ਨੇ। ਅਤੇ ਸੈਮੀ ਕਲਾਸੀਕਲ ਨੂੰ ਰਿਪ੍ਰਜੈਂਟ ਕੀਤਾ, ਬਾਲੀਵੁੱਡ ਨੂੰ ਰਿਪ੍ਰਜੈਂਟ ਕੀਤਾ, ਕੰਟੈਂਪਰੇਰੀ ਐਂਡ ਹਿਪ ਹੋਪ। ਸਟੂਡੈਂਟਸ ਨੂੰ ਇਹ ਸਾਰੇ ਸਟੂਡੈਂਟਸ ਦੇ ਵਿੱਚ ਜਿਹੜੀ ਪ੍ਰਾਊਡ ਵਾਲੀ ਗੱਲ ਹੈ ਕਿ 3 ਬੱਚੇ ਬਿਲਕੁਲ ਨਵੇਂ ਸੀ, ਉਹਨਾਂ ਨੇ ਫਸਟ ਟਾਈਮ ਕੰਪੀਟ ਕੀਤਾ ਸੀ ਅਤੇ ਉਹ ਫਸਟ ਟਾਈਮ ਕੰਪੀਟ ਕੀਤਾ, ਫਸਟ ਟਾਈਮ ਹੀ ਦੇ ਕੇਮ ਬੈਕ ਵਿਦ ਦੀ ਟਰੋਫੀਜ਼। 2 ਬੱਚੇ, ਮਤਲਬ ਇੱਕ ਬੱਚਾ ਦੋਨਾਂ 'ਚ ਹੀ ਫਸਟ ਆਇਆ, ਜੂਨੀਅਰ ਕੈਟੇਗਰੀ, ਇਨਾਇਤ ਗੁਪਤਾ, ਅਤੇ ਦੂਸਰੇ ਬੱਚੇ ਜਿਹੜੇ ਸੀਗੇ ਉਹ ਵੀ ਇੱਕ ਫਸਟ ਸੈਕਿੰਡ ਰਹੇ ਨੇ। ਅਤੇ ਜੋ ਬੱਚਿਆਂ ਨੂੰ ਕਹਿਣਾ ਚਾਹਾਂਗੀ, ਦਿਸ ਇਜ਼ ਦੀ ਬਿਗਨਿੰਗ ਐਂਡ ਦੇ ਸ਼ੁੱਡ ਕੀਪ ਔਨ ਵਰਕਿੰਗ ਹਾਰਡ, ਬਿਕੋਜ਼ ਆਈ ਬਿਲੀਵ ਹਾਰਡ ਵਰਕ ਬੀਟਸ ਟੈਲੈਂਟ। ਅਤੇ ਹਲੇ ਤਾਂ ਸ਼ੁਰੂਆਤ ਹੈ, ਬਹੁਤ ਕੁਛ ਉਹਨਾਂ ਨੇ ਅਚੀਵ ਕਰਨਾ ਲਾਈਫ ਦੇ ਵਿੱਚ। ਹੈਲੋ, ਨਮਸਤੇ, ਸਤਿ ਸ਼੍ਰੀ ਅਕਾਲ ਆਪ ਦੋਸਤੋ, ਮੈਂ ਤੁਹਾਡਾ ਦੋਸਤ ਹਰਦੀਪ ਦੁਆਰਾ, ਤੁਸੀਂ ਦੇਖ ਰਹੇ ਲੁਧਿਆਣਾ ਲਾਈਵ। ਦੋਸਤੋ, ਸਮਾਜ ਵਿੱਚ ਲੁਧਿਆਣਾ ਦੇ ਬੱਚਿਆਂ ਨੇ ਬਹੁਤ ਹੀ ਵੱਡੀ ਅਚੀਵਮੈਂਟ ਕੀਤੀ। ਅਗਰ ਮੈਂ ਗੱਲ ਕਰਾਂ ਆਲ ਇੰਡੀਆ 7th ਕਲਚਰਲ ਨੈਸ਼ਨਲ ਡਾਂਸ ਫੈਸਟੀਵਲ 2022 ਦੇ, ਤਾਂ ਬੱਚਿਆਂ ਨੇ ਧਮਾਲ ਮਚਾ ਦਿੱਤੀ ਹੈਗੀ ਹੈ। ਸਭ ਤੋਂ ਪਹਿਲਾਂ ਗੱਲ ਕਰਦੇ ਹੈਗੇ ਸੰਗੀਤਾ ਮੈਮ ਨਾਲ, ਕਿਸ ਪ੍ਰਕਾਰ ਨਾਲ ਪ੍ਰੈਕਟਿਸ ਕਰਾਈ ਗਈ ਔਰ ਕਿਹੜੀ ਕੈਟੇਗਰੀ ਦੇ ਵਿੱਚ ਇਹਨਾਂ ਬੱਚਿਆਂ ਦੇ ਪ੍ਰਾਈਜ਼ ਨਿਕਲੇ, ਕਿਉਂਕਿ ਜ਼ਿਆਦਾਤਰ ਬੱਚਿਆਂ ਨੇ ਪਹਿਲੇ ਨੰਬਰ 'ਤੇ ਜਿਹੜੀ ਹੈ ਬਾਜ਼ੀ ਮਾਰੀ, ਉਸ ਤੋਂ ਬਾਅਦ 7th ਤਾਂ ਮੈਂ ਗੱਲ ਕਹਿ ਹੀ ਨਹੀਂ ਸਕਦਾ ਕਿਉਂਕਿ ਤਕਰੀਬਨ ਹੈ 7 ਬੱਚੇ ਸੀਗੇ। ਸੋ ਫਿਰ ਗੱਲ ਕਰਦੇ ਹਾਂ, ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ। ਸੋ ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਾਂ, ਕਿਉਂਕਿ ਤੁਸੀਂ ਬਹੁਤ ਵੱਡੀ ਅਚੀਵਮੈਂਟ ਕਰਕੇ ਆਏ ਲੁਧਿਆਣਾ ਦੇ ਬੱਚੇ। ਥੈਂਕ ਯੂ ਸੋ ਮਚ। ਸੋ ਕੀ ਕਹਿਣਾ ਚਾਹੋਗੇ, ਕਿੱਦਾਂ ਕੰਪੀਟੀਸ਼ਨ ਕਿੱਦਾਂ ਰਿਹਾ, ਬਿਕੋਜ਼ ਇੱਥੇ ਲਿਖਿਆ 7th ਜਿਹੜਾ ਕਲਚਰ ਹੈ ਫੈਸਟੀਵਲ ਹੈਗਾ, ਇਸ ਤੋਂ ਪਹਿਲਾਂ ਕਿੱਥੇ ਕਿੱਥੇ ਹੋਇਆ ਹੁਣ ਤੱਕ, ਤੁਸੀਂ ਕਿੰਨੀ ਵਾਰ ਉੱਥੇ ਜਾ ਚੁੱਕੇ ਹੋ ਔਰ ਇਸ ਵਾਰੀ ਕਿੰਨੇ ਬੱਚੇ ਤਿਆਰ ਕੀਤੇ ਤੁਸੀਂ ਲੈ ਕੇ ਜਾਣ? ਇਹ ਸਾਡਾ ਪਹਿਲਾ ਹੀ ਉਪਰਾਲਾ ਸੀਗਾ, ਅਸੀਂ ਪਹਿਲਾਂ ਨਹੀਂ ਗਏ ਅਤੇ ਮੈਂ ਅਵੇਅਰ ਨਹੀਂ ਸੀ ਕਿ ਐਡਾ ਵੱਡੀ ਡਾਂਸ ਚੈਂਪੀਅਨਸ਼ਿਪ ਹੋਏਗੀ ਉੱਥੇ। 620 ਸਟੂਡੈਂਟਸ ਨੇ ਉੱਥੇ ਕੰਪੀਟ ਕੀਤਾ, ਡਿਫਰੈਂਟ ਵੱਖ ਵੱਖ ਰਾਜਾਂ ਤੋਂ, ਡਿਫਰੈਂਟ ਸਟੇਟਸ ਤੋਂ ਸਟੂਡੈਂਟਸ ਆਏ ਹੋਏ ਸੀ, ਟੂ ਨੇਮ ਜੰਮੂ ਕਸ਼ਮੀਰ, ਤੇਲੰਗਾਨਾ, ਗੁਜਰਾਤ, ਮਹਾਰਾਸ਼ਟਰਾ, ਉੜੀਸਾ ਐਂਡ ਕੈਲਕਟਾ ਐਂਡ ਮੈਨੀ ਮੋਰ ਸਟੇਟਸ, ਰਾਜਸਥਾਨ, ਯੂਪੀ ਐਂਡ ਤੇ ਡਿਫਰੈਂਟ ਸਟੇਟਸ ਤੋਂ ਬੱਚੇ ਆਏ ਸੀ, ਉਹਨਾਂ ਨੇ ਰਿਪ੍ਰੈਜੈਂਟੇਸ਼ਨ ਦਿੱਤੀ। ਅਤੇ ਬੈਸਟ ਪਾਰਟ ਸੀ, ਉਹਨਾਂ ਦੇ ਟੀਚਰਸ ਵੀ ਅਤੇ ਉਹਨਾਂ ਦੇ ਗੁਰੂਜ਼ ਵੀ ਆਏ ਹੋਏ ਸੀ ਨਾਲ ਉਹਨਾਂ ਦੇ, ਅਤੇ ਉੱਥੇ ਡਿਫਰੈਂਟ ਸਾਨੂੰ ਦੇਖਣ ਦਾ ਮੌਕਾ ਮਿਲਿਆ, ਟੈਲੈਂਟ ਥਰੂ ਆਊਟ ਇੰਡੀਆ। ਤਾਂ ਪਹਿਲਾਂ ਤਾਂ ਅਸੀਂ ਕਾਫੀ ਡਰੇ ਹੋਏ ਸੀ, ਬਟ ਦੈਨ ਆਰ ਸਟੂਡੈਂਟਸ ਪਰਫੋਰਮਡ ਵੈਰੀ ਵੈਰੀ ਵੈਲ, ਅਤੇ ਬਹੁਤ ਅੱਛਾ ਪਰਫੋਰਮ ਕੀਤਾ ਅਤੇ ਬੜੀ ਇਹਨਾਂ ਦੀ ਸਰਾਹਨਾ ਹੋਈ। ਉਹਦਾ ਨਤੀਜਾ ਇਹ ਹੈ ਕਿ ਇਹਨਾਂ ਦੇ ਸਾਡੇ 13 ਬੱਚਿਆਂ ਨੇ, 7 ਬੱਚਿਆਂ ਨੇ 13 ਕੈਟੇਗਰੀਜ਼ 'ਚ ਕੰਪੀਟ ਕੀਤਾ ਸੀ ਅਤੇ 13 ਕੈਟੇਗਰੀਜ਼ ਦੇ ਵਿੱਚ ਹੀ ਸਾਨੂੰ ਪ੍ਰਾਈਜ਼ ਮਿਲਿਆ ਹੈ। 7 ਫਸਟ ਪ੍ਰਾਈਜ਼ ਆਏ ਨੇ, 4 ਸੈਕਿੰਡ ਪ੍ਰਾਈਜ਼ ਆਏ ਨੇ ਅਤੇ 2 ਥਰਡ ਪ੍ਰਾਈਜ਼ ਆਏ। ਅਗਰ ਇਹਨਾਂ ਦੀ ਏਜ ਕੈਟੇਗਰੀ ਦੀ ਗੱਲ ਕਰੀਏ ਤਾਂ ਏਜ ਕੈਟੇਗਰੀ ਕਿਹੜੀ ਸੀ ਇਹਨਾਂ 'ਤੇ ਔਰ ਕੀ ਪਰਫੋਰਮ ਕੀਤਾ ਇਹਨਾਂ 'ਚ? ਸਾਡੀ ਏਜ ਕੈਟੇਗਰੀ 2 ਕੈਟੇਗਰੀਜ਼ 'ਚ ਅਸੀਂ ਕੰਪੀਟ ਕੀਤਾ, 1 ਵਾਸ ਮਾਈਨਰ, 1 ਵਾਸ ਸੀਨ ਜੂਨੀਅਰ। ਮਾਈਨਰ ਵਾਸ ਬਿਲੋ 10 ਐਂਡ ਜੂਨੀਅਰ ਵਾਸ 10 to 15।
ਅਤੇ ਕੈਟੇਗਰੀਜ਼ ਜਿਹੜੀਆਂ ਅਸੀਂ ਕੰਪੀਟ ਕੀਤੀਆਂ ਸੀ ਇੰਡੀਅਨ ਕਲਾਸੀਕਲ, ਅਸੀਂ ਕੱਥਕ ਨੂੰ ਰਿਪ੍ਰਜੈਂਟ ਕੀਤਾ, ਉੱਥੇ ਹੋਰ ਵੀ ਕੈਟੇਗਰੀਜ਼ ਸੀਗੀਆਂ ਜਿਵੇਂ ਡਿਫਰੈਂਟ ਇੰਡੀਅਨ ਕਲਾਸੀਕਲ ਡਾਂਸ ਫੋਰਮ ਜਿਵੇਂ ਕਿ ਭਰਤਨਾਟਿਅਮ, ਡੂਸੀ, ਕੁਚੀਪੂੜੀ, ਇਹ ਡਾਂਸ ਫੋਰਮਸ ਦੇ ਕੰਪੀਟੀਸ਼ਨਸ ਵੀ ਸੀਗੇ। ਅਸੀਂ ਕੱਥਕ ਨੂੰ ਰਿਪ੍ਰਜੈਂਟ ਕੀਤਾ ਜਿਹਦੇ ਵਿੱਚ ਸਾਡੇ ਸਾਰੀਆਂ ਹੀ ਕੈਟੇਗਰੀਜ਼ 'ਚ ਫਸਟ, ਕੱਥਕ ਦੇ ਵਿੱਚ ਅਸੀਂ ਸਾਰੀਆਂ ਫਸਟ ਹੀ ਲੈ ਕੇ ਆਏ ਨੇ। ਅਤੇ ਸੈਮੀ ਕਲਾਸੀਕਲ ਨੂੰ ਰਿਪ੍ਰਜੈਂਟ ਕੀਤਾ, ਬਾਲੀਵੁੱਡ ਨੂੰ ਰਿਪ੍ਰਜੈਂਟ ਕੀਤਾ, ਕੰਟੈਂਪਰੇਰੀ ਐਂਡ ਹਿਪ ਹੌਪ। ਚਾਹੋਗੇ ਸਟੂਡੈਂਟਸ ਸਟੂਡੈਂਟਸ ਨੂੰ ਇਹ ਸਾਰੇ ਸਟੂਡੈਂਟਸ ਦੇ ਵਿੱਚ ਜਿਹੜੀ ਪ੍ਰਾਊਡ ਵਾਲੀ ਗੱਲ ਹੈ ਕਿ ਤਿੰਨ ਬੱਚੇ ਬਿਲਕੁਲ ਨਵੇਂ ਸੀ, ਉਹਨਾਂ ਨੇ ਫਸਟ ਟਾਈਮ ਕੰਪੀਟ ਕੀਤਾ ਸੀ ਅਤੇ ਉਹ ਫਸਟ ਟਾਈਮ ਕੰਪੀਟ ਕੀਤਾ, ਫਸਟ ਟਾਈਮ ਹੀ ਦੇ ਕੇਮ ਬੈਕ ਵਿਦ ਦੀ ਟਰੋਫੀਜ਼। ਦੋ ਬੱਚੇ, ਮਤਲਬ ਇੱਕ ਬੱਚਾ ਦੋਨਾਂ 'ਚ ਹੀ ਫਸਟ ਆਇਆ ਜੂਨੀਅਰ ਕੈਟੇਗਰੀ, ਇਨਾਇਤ ਗੁਪਤਾ, ਅਤੇ ਦੂਸਰੇ ਬੱਚੇ ਜਿਹੜੇ ਸੀਗੇ ਉਹ ਵੀ ਇੱਕ ਫਸਟ ਸੈਕਿੰਡ ਰਹੇ ਨੇ। ਅਤੇ ਜੋ ਬੱਚਿਆਂ ਨੂੰ ਕਹਿਣਾ ਚਾਹਾਂਗੀ, ਦਿਸ ਇਜ਼ ਦੀ ਬਿਗਨਿੰਗ ਐਂਡ ਦੇ ਸ਼ੁੱਡ ਕੀਪ ਔਨ ਵਰਕਿੰਗ ਹਾਰਡ, ਬਿਕੋਜ਼ ਆਈ ਬਿਲੀਵ ਹਾਰਡ ਵਰਕ ਬੀਟਸ ਟੈਲੈਂਟ। ਅਤੇ ਹਲੇ ਤਾਂ ਸ਼ੁਰੂਆਤ ਹੈ, ਬਹੁਤ ਕੁਛ ਉਹਨਾਂ ਨੇ ਅਚੀਵ ਕਰਨਾ ਲਾਈਫ ਦੇ ਵਿੱਚ। ਮਾਇਰਾ ਗੁਪਤਾ, ਸੈਮੀ ਕਲਾਸੀਕਲ ਔਰ ਸੱਤਵੇਂ ਕੱਥਕ। ਸੈਮੀ ਕਲਾਸੀਕਲ ਮੈਂ ਫਸਟ ਔਰ ਸੱਤਵੇਂ ਕੱਥਕ ਮੈਂ ਸੈਕਿੰਡ। ਆਪਕਾ ਕਿਆ ਨਾਮ? ਇਨਾਇਤ ਗੁਪਤਾ। ਆਪਨੇ ਕਿਆ ਕੀਆ ਵਹਾਂ ਜਾਕਰ? ਮੈਨੇ ਵਹਾਂ ਪੇ ਹਿਪ ਹੌਪ ਔਰ ਕੱਥਕ ਕੀਆ ਥਾ। ਸਭ ਅੱਛਾ ਲਗਾ? ਹਾਂ, ਬਹੁਤ ਅੱਛਾ ਲਗਾ। ਮੇਰਾ ਦੋਨੋਂ ਮੈਂ ਫਸਟ ਨਿਕਲਾ ਥਾ ਪ੍ਰਾਈਜ਼। ਸਮਾਇਰਾ ਗੁਪਤਾ, ਆਪਨੇ ਕਿਆ ਕੀਆ ਵਹਾਂ ਪੇ ਪਰਫਾਰਮ? मैंने वहाँ पे सिर्फ कंटेम्प्रेरी करा था और मैंने फर्स्ट टाइम पार्टिसिपेट करा था। कैसा लगा आपको वहाँ जाकर? मेरे को बहुत अच्छा लगा, बहुत ही अच्छा एक्सपीरियंस था। कहाँ कहाँ से, स्टेट से बच्चे आए हुए थे? बहुत स्टेट से, जैसे महाराष्ट्र, पंजाब से हम गए थे, वैसे ही तेलंगाना और जम्मू कश्मीर वगैरह से। हाय हेलो हुई उनके साथ? हाँ, थोड़ी बहुत। प्रशा जैन, कैसा लगा आपको? मेरे को भी बहुत अच्छा लगा, हमारे लिए बहुत न्यू था ये और हम पहली बार कहीं बाहर गए थे परफॉर्म करने, और मैंने क्या था हिप हॉप और कथक में, और दोनों में मेरा फर्स्ट आया। आपका क्या? आश्विका। आपने क्या परफॉर्म किया? मैंने बॉलीवुड और सेमी क्लासिकल, और बॉलीवुड में फर्स्ट आया था, सेमी क्लासिकल में सेकेंड। कैसा लगा वहाँ परफॉर्म? बहुत अच्छा लगा और इट वॉज अ वेरी न्यू एक्सपीरियंस। क्या नाम है? काइना गुप्ता। कैसा लगा? मुझे बहुत अच्छा लगा। क्या किया था आपने? मैंने कथक और साथ में सेमी क्लासिकल किया था, मेरा दोनों में थर्ड आया। इन आया घर। कैसा लगा आपको वहाँ जाकर? बहुत अच्छा लगा और मेरे को मेरी कॉन्फिडेंस बढ़ा उस स्टेज पर जाकर। परफॉर्म किया? सेमी क्लासिकल और कंटेम्प्रेरी, कंटेम्प्रेरी में फर्स्ट और सेमी क्लासिकल में सेकेंड। जब ट्रॉफी मिली तो कैसा लगा? जब आपका नाम? बहुत नर्वस थी और फिर बहुत खुश हो गई। मुझे मिलने वाली है। हाँ। क्यों क्या बच्चे वास्ते? बच्चों वास्ते यही कहना है कि अपने गोल्स नू अगे रखना है, चाहे वो एजुकेशन है, चाहे उन्हें दी एक्स्ट्रा करिकुलर एक्टिविटीज़ है, दे मस्ट मेनटेन। एंड आई रियली वॉन्ट टू थैंक यू देयर स्कूल सतपाल मित्र एंड डेली वर्ड पब्लिक एंड डेली पब्लिक स्कूल। तो बच्चे से 5 चिल्ड्रन रिप्रजेंटेड सतपाल एंड 2 वर फ्रॉम डेली पब्लिक स्कूल। उन्होंने प्रिंसीपल्स है, उन्होंने भी इन्होंने बहुत उत्साहना देती है एंड दे हैव रियली एप्रीशिएटेड देयर टैलेंट। सो अपने लक्ष्य नूं सामने रख के काम करते रहना है एंड कभी हारना नहीं। कीप ट्राइंग हार्ड, इफ़ यू विल वर्क हार्ड यू विल डेफिनेटली रीच योर गोल, मेंटेनिंग द बैलेंस बिटवीन द एजुकेशन एंड द एक्स्ट्रा करिकुलर एक्टिविटीज़। थैंक यू जी। सो दोस्तों, से आस करते कि तुम्हें सा प्रोग्राम बहुत ही वधिया लगेगा। लुधियाना लाइव के पेज में लाइक करो, सबसक्राइब करो, प्रोग्राम वधिया लगे सो प्लीज़ शेयर जरूर करो। सो कैमरा परसन सेवा सिंह के नाल हरदीप दुआ नूं दिओ इजाजत। धन्यवाद।